ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਗਿਆ ਸੀ ਜੋ ਕਿ 10 ਦਿਨ ਚੱਲੇਗਾ। ਸਰਕਾਰ ਨੇ ਅੰਤਰੀ ਬਜਟ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਨੇ ਅਤੇ ਬਜਟ ਵੀ ਪੇਸ਼ ਹੋਣਾ ਸ਼ੁਰੂ ਹੋ ਚੁੱਕਿਆ। ਜੇ ਅੱਜ ਦੇਖਿਆ ਜਾਵੇ ਤਾਂ 1 ਫਰਵਰੀ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਅਤੇ ਨਵਾਂ ਜਿਹੜਾ ਸੰਸਦ ਦਾ ਪਹਿਲਾ ਬਜਟ ਉਹ ਹੈ ਉਹ ਪੇਸ਼ ਕਰਨ ਜਾ ਰਹੀ ਹੈ ਅਤੇ ਇਹ ਬਜਟ ਵੀ ਇਸ ਲਈ ਖਾਸ ਹੈ ਕਿਉਂਕਿ ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਹੋਊਗਾ ਅਤੇ ਇਸ ਬਜਟ ਵਿੱਚ 3 ਵੱਡੇ ਐਲਾਨ ਵੀ ਕੀਤੇ ਜਾ ਸਕਦੇ ਨੇ। ਪਹਿਲਾ ਜਿਹੜਾ ਐਲਾਨ ਹੈ ਉਹ ਕਿਸਾਨ ਨਿਧੀ ਯੋਜਨਾ ਦੇ ਨਾਲ ਸੰਬੰਧਿਤ ਹੈ ਅਤੇ ਜਿਸ ਦੇ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਮਿਲਣ ਵਾਲੀ ਰਾਸ਼ੀ ਨੂੰ 6,000 ਰੁਪਏ ਤੋਂ ਵਧਾ ਕੇ 8,000 ਰੁਪਏ ਕੀਤਾ ਜਾ ਸਕਦਾ ਅਤੇ ਵਰਤਮਾਨ ਵਿੱਚ ਇਸ ਯੋਜਨਾ ਦੇ ਤਹਿਤ ਛੋਟੇ ਅਤੇ ਸੀਮਾਂਤ ਜਿਹੜੇ ਕਿਸਾਨ ਨੇ ਉਹਨਾਂ ਨੂੰ 1 ਸਾਲ ਦੇ ਵਿੱਚ 2,000 ਰੁਪਏ ਦੀਆਂ 3 ਕਿਸ਼ਤਾਂ ਦਿੱਤੀਆਂ ਜਾਂਦੀਆਂ ਨੇ ਅਤੇ ਬਜਟ ਵਿੱਚ ਮਹਿਲਾ ਕਿਸਾਨਾਂ ਦੇ ਲਈ ਇਹ ਰਾਸ਼ੀ 6,000 ਰੁਪਏ ਤੋਂ ਵਧਾ ਕੇ 12,000 ਰੁਪਏ ਸਾਲਾਨਾ ਹੋ ਸਕਦੀ ਹੈ। ਦੂਜੇ ਐਲਾਨ ਦੇ ਵਿੱਚ ਸੈਕਸ਼ਨ 80C ਦੀ ਜਿਹੜੀ ਟੈਕਸ ਸੀਮਾ ਛੋਟ ਹੈ ਉਹਦੇ ਵਿੱਚ ਵੀ ਵਾਧਾ ਹੋ ਸਕਦਾ ਅਤੇ ਇਸ ਵਾਰ ਸਰਕਾਰ ਜਿਹੜੀ ਹੈ ਇਨਕਮ ਟੈਕਸ ਦੀ ਧਾਰਾ 80C ਦੇ ਤਹਿਤ ਮਿਲਣ ਵਾਲੀ ਟੈਕਸ ਛੋਟ ਨੂੰ ਵਧਾ ਕੇ 2.5 ਲੱਖ ਰੁਪਏ ਕਰ ਸਕਦੀ ਹੈ। ਮਤਲਬ ਕਿ ਤੁਸੀਂ ਟੈਕਸ ਬਚਾਉਣ ਦੇ ਲਈ 2.5 ਲੱਖ ਰੁਪਏ ਤੱਕ ਦਾ ਨਿਵੇਸ਼ ਵੀ ਕਰ ਸਕੋਗੇ। EPF PPF ਇਕੁਆਲਿਟੀ ਲਿੰਕਡ ਸੇਵਿੰਗ ਸਕੀਮ, ਸੁਕੰਨਿਆ ਸਮਰਿੱਧੀ ਯੋਜਨਾ, ਰਾਸ਼ਟਰੀ ਬੱਚਤ ਸਰਟੀਫਿਕੇਟ, 5 ਸਾਲ ਦੀ FD, ਰਾਸ਼ਟਰੀ ਪੈਨਸ਼ਨ ਪ੍ਰਣਾਲੀ ਅਤੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਇਨਕਮ ਟੈਕਸ ਦੀ ਧਾਰਾ 80C ਦੇ ਅਧੀਨ ਆਉਂਦੀਆਂ ਨੇ ਤਾਂ ਇਸ ਤੋਂ ਇਲਾਵਾ ਤੁਸੀਂ ਸਕੂਲ ਫੀਸ, ਹੋਮ ਲੋਨ ਦੀ ਅਦਾਇਗੀ, ਬੀਮਾ ਪ੍ਰੀਮੀਅਰ ਆਦਿ ਵਰਗੇ ਜਿਹੜੇ ਖਰਚੇ ਨੇ ਉਹਨਾਂ ਉੱਤੇ ਟੈਕਸ ਰਾਹੀਂ ਛੋਟ ਵੀ ਲੈ ਸਕੋਗੇ। ਉਹਦੇ ਨਾਲ ਨਾਲ ਦੇ ਤੀਜਾ ਅਹਿਮ ਐਲਾਨ ਦੇਖਦੇ ਹਾਂ ਤਾਂ ਸੈਕਸ਼ਨ 80D ਹੈ ਉਹਦੇ ਅਧੀਨ ਜਿਹੜੀਆਂ ਸਿਹਤ ਦੀਆਂ ਬੀਮਾ ਪ੍ਰੀਮੀਅਰ ਨੇ ਉਹਦੇ ਵਿੱਚ ਵੀ ਕੁਝ ਬਦਲਾਵ ਹੋਣ ਦੇ ਆਸਾਰ ਨੇ ਜਿਹੜੇ ਕਿ ਬਦਲਾਵ ਹੋ ਵੀ ਸਕਦੇ ਨੇ ਤਾਂ ਸੈਕਸ਼ਨ 80D ਦੇ ਤਹਿਤ ਸਿਹਤ ਬੀਮੇ ਦੇ ਲਈ ਭੁਗਤਾਨ ਜਿਹੜੇ ਕੀਤੇ ਨੇ ਪ੍ਰੀਮੀਅਰ ਉੱਤੇ ਟੈਕਸ ਛੋਟ ਨੂੰ ਦੁੱਗਣਾ ਕੀਤਾ ਜਾ ਸਕਦਾ। ਵਰਤਮਾਨ ਦੇ ਵਿੱਚ 80D ਦੇ ਤਹਿਤ ਜੀਵਨ ਸਾਥੀ ਅਤੇ ਬੱਚਿਆਂ ਦੇ ਸਿਹਤ ਬੀਮੇ ਦੇ ਲਈ ਭੁਗਤਾਨ ਕੀਤੇ ਗਏ 25,000 ਰੁਪਏ ਤੱਕ ਦੇ ਸਾਲਾਨਾ ਪ੍ਰੀਮੀਅਰ ਉੱਤੇ ਟੈਕਸ ਛੋਟ ਉਪਲਬਧ ਹੈ ਅਤੇ ਇਹ ਵਧਾ ਕੇ ਹੁਣ 50,000 ਹੋ ਸਕਦਾ। ਅਤੇ ਇੱਥੇ ਦੱਸਣਾ ਇਹ ਵੀ ਬਣ ਜਾਂਦਾ ਕਿ ਭਾਰਤ ਵਿੱਤ ਮੰਤਰਾਲੇ ਦੀ ਜਨਵਰੀ 2024 ਦੀ ਆਰਥਿਕ ਸਮੀਖਿਆ ਦੱਸਦੀ ਹੈ ਕਿ ਅੱਜ ਮਹਾਮਾਰੀ ਦੇ ਬਾਵਜੂਦ ਭਾਰਤ 3.7 ਟ੍ਰਿਲੀਅਨ ਅਮਰੀਕੀ ਡਾਲਰ ਦੀ GDP ਦੇ ਨਾਲ 5ਵਾਂ ਸਭ ਤੋਂ ਵੱਡਾ ਦੇਸ਼ ਬਣ ਗਿਆ। ਭਾਰਤ ਦੀ GDP ਵਿਕਾਸ ਦਰ 5.9% ਦੇ ਨਾਲ ਸਭ ਤੋਂ ਜਿਹੜੀ ਦੁਨੀਆ ਦੇ ਵਿੱਚ ਵੱਧ ਹੈ ਅਤੇ ਵਿੱਤ ਮੰਤਰਾਲੇ ਅਨੁਸਾਰ ਭਾਰਤ ਅਗਲੇ 3 ਸਾਲਾਂ ਦੇ ਵਿੱਚ 5 ਟ੍ਰਿਲੀਅਨ ਅਮਰੀਕੀ ਡਾਲਰ ਦੀ GDP ਨਾਲ ਦੁਨੀਆ ਦੀ 3ਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਜਾਊਗਾ।